ਹੈਲੋ, ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਇੱਕ ਰਿਜ਼ਰਵ ਏਰੀਆ ਵਿੱਚੋਂ ਪਾਸ ਹੋ ਰਿਹਾ ਸੀ ਅਤੇ ਮੈਂ ਇੱਥੇ ਥੋੜ੍ਹੀ ਦੇਰ ਰੁਕ ਕੇ ਇੰਜੋਏ ਕਰਨ ਦੀ ਟਰਾਈ ਕਰ ਰਿਹਾ ਅਤੇ ਐਕਚੁਲੀ ਆਈ ਐਮ ਫੀਲਿੰਗ ਵੈਰੀ ਗੁੱਡ ਹੇਅਰ ਅਤੇ ਬੜੀ ਵਧੀਆ ਨੇਚਰ ਰਿਜ਼ਰਵ ਏਰੀਆ ਹੈ ਅਤੇ ਮੈਂ ਕਲਿੱਪ ਵਿੱਚ ਥੋੜ੍ਹਾ ਜਿਹਾ ਤੁਹਾਨੂੰ ਦਿਖਾਊਂਗਾ ਅਤੇ ਇਸ ਇੱਥੇ ਰਹਿ ਕੇ ਮੈਂ ਕਿਉਂਕਿ ਅੱਜ ਮੈਂ ਪਲੈਨ ਕੀਤਾ ਸੀ, ਇੱਕ ਵੀਡੀਓ ਪਲੈਨ ਕੀਤੀ ਸੀਗੀ ਕੈਨੇਡਾ ਬਿਜ਼ਨਸ ਵੈਬਸਾਈਟ ਬਾਰੇ ਅਤੇ ਮੈਂ ਸੋਚਿਆ ਇੱਥੇ ਖੜ੍ਹੇ ਹੋ ਕੇ ਮੈਨੂੰ ਵੀਡੀਓ ਬਣਾਉਣੀ ਚਾਹੀਦੀ ਹੈ ਅਤੇ ਇੱਥੇ ਮੈਂ ਤੁਹਾਨੂੰ ਪਹਿਲਾਂ ਮੇਨ ਇਨਫੋਰਮੇਸ਼ਨ ਦੇ ਦਵਾਂ। ਐਕਚੁਲੀ CanadaBusiness.ca CanadaBusiness.ca ਇਹ ਵੈਬਸਾਈਟ ਹੈ ਜਿਹੜੀ ਕਿ ਜੇ ਤੁਸੀਂ ਕੋਈ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਓਪਨ ਕਰਨਾ ਚਾਹੁੰਦੇ ਹਾਂ ਅਤੇ ਬਿਜ਼ਨਸ ਓਪਨ ਕਰਨਾ ਚਾਹੁੰਦੇ ਹਾਂ ਜਾਂ ਬਿਜ਼ਨਸ ਆਲਰੇਡੀ ਹੈਗਾ ਉਹਦੇ ਰਿਲੇਟਡ ਕੋਈ ਸਰਵਿਸ ਚਾਹੀਦੀ ਹੈ ਅਤੇ ਇਸ CanadaBusiness.ca 'ਤੇ ਸਾਰੀ ਇਨਫੋਰਮੇਸ਼ਨ ਤੁਹਾਡੇ ਬਿਜ਼ਨਸ ਰਿਲੇਟਡ ਮਿਲ ਜਾਏਗੀ, ਜਿਵੇਂ ਤੁਸੀਂ ਕਿੱਦਾਂ ਦੀ ਲਾਈਸੈਂਸ, ਕੀ ਲਾਈਸੈਂਸਿੰਗ ਰਿਕੁਆਇਰਮੈਂਟ ਹੈ ਅਤੇ ਟੈਕਸ ਰਿਲੇਟਡ ਵੀ ਥੋੜ੍ਹੀ ਬਹੁਤੀ ਇਨਫੋਰਮੇਸ਼ਨ ਮਿਲੇਗੀ ਅਤੇ ਪਲੱਸ ਫਾਈਨੈਂਸਿੰਗ ਆਪਸ਼ਨ ਕੀ ਹੈ ਜਾਂ ਉਹਦੇ ਰੈਲੀਵੈਂਟ ਲਿੰਕ ਜਿਹੜੇ ਹੋਣਗੇ ਉਹ ਪ੍ਰੋਵਾਈਡ ਕੀਤੇ ਜਾਣਗੇ। ਹਰ ਤਰ੍ਹਾਂ ਦੀ ਇਨਫੋਰਮੇਸ਼ਨ ਬਿਜ਼ਨਸ ਰਿਲੇਟਡ ਇਸ ਵੈਬਸਾਈਟ 'ਤੇ ਮਿਲੇਗੀ ਅਤੇ ਇਹ CanadaBusiness.ca ਐਕਚੁਲੀ ਜਦੋਂ ਤੁਸੀਂ ਓਪਨ ਕਰਦੇ ਹਾਂ ਤਾਂ ਰੀਡਾਇਰੈਕਟ ਕਰਦੀ ਹੈ Canada.ca Canada.ca ਜਿਹੜੀ ਵੈਬਸਾਈਟ ਹੈ ਇਹ ਬੇਸਿਕਲੀ ਗਵਰਨਮੈਂਟ ਆਫ ਕੈਨੇਡਾ ਦੀ ਵੈਬਸਾਈਟ ਹੈ ਜਿੱਥੋਂ ਗਵਰਨਮੈਂਟ ਦੀ ਹਰ ਸਰਵਿਸ ਰਿਲੇਟਡ ਇਨਫੋਰਮੇਸ਼ਨ ਮਿਲਦੀ ਹੈ ਅਤੇ ਇੱਥੋਂ ਤੁਸੀਂ ਕੋਈ ਜਿਹੜੀਆਂ ਇਲੈਕਟ੍ਰੋਨਿਕਲੀ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ ਜਿਹੜੀਆਂ ਕੈਨੇਡਾ ਗਵਰਨਮੈਂਟ, ਉਹ ਵੀ ਤੁਸੀਂ ਇੱਥੋਂ ਹੀ ਅਪਲਾਈ ਕਰਦੇ ਹਾਂ। ਇਹ ਓਫਿਸ਼ਲ ਕੈਨੇਡੀਅਨ ਗਵਰਨਮੈਂਟ ਵੈਬਸਾਈਟ ਹੈ ਅਤੇ ਜਦੋਂ ਤੁਸੀਂ CanadaBusiness.ca ਓਪਨ ਕਰਦੇ ਹਾਂ ਇਹ ਰੀਡਾਇਰੈਕਟ ਕਰਦੀ ਹੈ Canada.ca ਦੀ ਵੈਬਸਾਈਟ ਦਾ ਜਿਹੜਾ ਉਹ ਸੈਕਸ਼ਨ ਹੈ ਜਿਹੜਾ ਬਿਜ਼ਨਸ ਰਿਲੇਟਡ ਸਰਵਿਸਿਜ਼ ਬਾਰੇ ਇਨਫੋਰਮੇਸ਼ਨ ਦਿੰਦਾ ਅਤੇ ਪ੍ਰੋਵਾਈਡ ਕਰਦਾ। ਠੀਕ ਹੈ, ਤੁਸੀਂ ਇਹਦੇ ਡੈਫੀਨੇਟਲੀ ਜਾਓ CanadaBusiness.ca ਅਤੇ ਇੱਥੋਂ ਦੀ ਜੋ ਵੀ ਰਿਲੇਟਡ ਇਨਫੋਰਮੇਸ਼ਨ, ਤੁਹਾਨੂੰ ਇੱਧਰ ਉੱਧਰ ਧੱਕੇ ਖਾਣ ਦੀ ਲੋੜ ਨਹੀਂ ਹੈ, ਤੁਹਾਨੂੰ ਗੂਗਲ 'ਤੇ ਜਾ ਕੇ ਸਰਚ ਕਰਨ ਦੀ ਲੋੜ ਨਹੀਂ, ਉੱਥੋਂ ਵੀ ਆਏਗਾ ਬਟ ਉੱਥੇ ਡਿਫਰੈਂਟ ਡਿਫਰੈਂਟ ਸੈਕਸ਼ਨ ਆਉਂਦੇ ਆ ਕਿਉਂਕਿ ਗੂਗਲ ਆਪਣੇ ਹਿਸਾਬ ਨਾਲ ਕੰਮ ਕਰਦੀ ਹੈ ਅਤੇ ਡੋਂਟ ਨੋ ਵਟ ਐਗਜੈਕਟਲੀ ਯੂ ਆਰ ਲੁਕਿੰਗ ਫੋਰ, ਰਾਈਟ? ਅਤੇ ਤੁਸੀਂ ਐਗਜੈਕਟਲੀ ਜੇ CanadaBusiness.ca ਜਾਓਗੇ ਤਾਂ ਇਹ ਡਾਇਰੈਕਟਲੀ ਤੁਹਾਨੂੰ ਉੱਥੇ ਉਸੇ ਪੁਆਇੰਟ 'ਤੇ ਉਸੇ ਸੈਕਸ਼ਨ ਜਿਹੜਾ Canada.ca ਦੇ ਲੈ ਕੇ ਜਾਏਗਾ ਜਿੱਥੋਂ ਬਿਜ਼ਨਸ ਰਿਲੇਟਡ ਇਨਫੋਰਮੇਸ਼ਨ ਦੀ। ਅਤੇ ਬਹੁਤ ਯੂਸਫੁਲ ਇਨਫੋਰਮੇਸ਼ਨ ਹੈ ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਰਿਲੇਟਡ ਪਲਾਨ ਕਰ ਰਹੇ ਹੋ ਜਾਂ ਆਲਰੇਡੀ ਇਨਵੋਲਵ ਆ ਬਿਜ਼ਨਸ ਵਿੱਚ, ਮਤਲਬ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਚਾਹੀਦੀ ਹੈ, ਤੁਸੀਂ ਇੱਥੇ ਜਾਓ, ਤੁਸੀਂ ਦੇਖੋ ਕੀ ਉੱਥੇ ਲਿੰਕ ਪ੍ਰੋਵਾਈਡ ਕੀਤੇ ਹੋਏ, ਕੀ ਸਰਵਿਸਿਜ਼ ਹੈ। ਬਹੁਤ ਸਾਰੀ ਚੀਜ਼ਾਂ ਅਸੀਂ ਈਵਨ ਬਿਜ਼ਨਸ ਕਰ ਵੀ ਰਹੇ ਹਾਂ ਸਾਨੂੰ ਪਤਾ ਹੀ ਨਹੀਂ ਹੁੰਦੀ ਹੈ ਕਿ ਕੀ ਪ੍ਰੀਵਿਲੇਜ ਸਾਨੂੰ ਗਵਰਨਮੈਂਟ ਆਫ ਕੈਨੇਡਾ ਵੱਲੋਂ ਮਿਲੀ ਹੋਈ ਹੈ ਜਾਂ ਕੀ ਰੈਸਟ੍ਰਿਕਸ਼ਨ ਸੀਗੀਆਂ। ਠੀਕ ਹੈ, ਤੁਸੀਂ ਡੈਫੀਨੇਟਲੀ ਇਹ ਵੈਬਸਾਈਟ 'ਤੇ ਜਾਓ ਅਤੇ ਉੱਥੇ ਦੇਖੋ, ਇਨਫੋਰਮੇਸ਼ਨ ਮਿਲੇਗੀ ਅਤੇ ਇਹ ਬਹੁਤ ਹੈਲਪਫੁਲ ਹੋਏਗਾ ਕਿਉਂਕਿ ਮੈਂ ਪਰਸਨਲੀ ਵੀ ਮੈਂ ਵੀ ਬਿਜ਼ਨਸਮੈਨ ਹਾਂ ਅਤੇ ਮੈਂ ਜਾਂ ਕਿਸੇ ਹੋਰ ਵੀ ਮੇਰੇ ਨੋਨ ਪਰਸਨ ਜਿਹੜੇ ਕਿ ਇੰਟਰਨੈਟ ਐਕਸੈਸ ਜਾਂ ਰਿਸਰਚ ਵਿੱਚ ਜ਼ਿਆਦਾ ਇੰਨੇ ਐਫੀਸ਼ੀਐਂਟ ਨਹੀਂ ਹੈਗੇ ਅਤੇ ਉਹ ਮੈਨੂੰ ਵੀ ਕਹਿੰਦੇ ਆ ਕਿ ਯਾਰ ਕੁਛ ਇੱਦਾਂ ਦੀ ਇਨਫੋਰਮੇਸ਼ਨ ਮੈਨੂੰ ਚਾਹੀਦੀ ਆ, ਇਨਫੋਰਮੇਸ਼ਨ ਚਾਹੀਦੀ ਆ ਲੱਭ ਕੇ ਦੇ। ਫਿਰ ਮੈਂ ਇਸੇ ਸੈਕਸ਼ਨ 'ਤੇ ਜਾਂਦਾ ਹੁੰਦਾ, ਇਸੇ ਵੈਬਸਾਈਟ 'ਤੇ ਜਾਂਦਾ ਹੁੰਦਾ ਅਤੇ ਉੱਥੋਂ ਕੋਈ ਨਾ ਕੋਈ ਇਨਫੋਰਮੇਸ਼ਨ ਬੇਸਿਕ ਜਾਂ ਸਪੈਸੀਫਿਕ ਇਨਫੋਰਮੇਸ਼ਨ ਮਿਲ ਜਾਂਦੀ। ਅਤੇ ਮਿਲਾਂਗੇ ਨੈਕਸਟ ਵੀਡੀਓ ਵਿੱਚ ਹੋਰ ਵੀ ਯੂਸਫੁਲ ਇਨਫੋਰਮੇਸ਼ਨ ਲੈ ਕੇ। ਟਿਲ ਦੈਨ ਬਾਏ।